ਪਰਚੂਨ ਦੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਭੀੜਾਂ ਵੇਖੋਗੇ, ਪਰ ਸਾਧ ਸਿੰਘ ਕਦੇ ਸੁਨਿਹਾਰ ਦੀ ਦੁਕਾਨ ਤੇ ਧੱਕਾ ਵੱਜਦਾ ਵੇਖਿਆ ਵੀ ਬਹੁਤ ਭੀੜ ਹੈ ਜੀ, ਸੁਨਿਹਾਰ ਦੇ ਤਾਂ ਇੰਨੀ ਭੀੜ ਹੈ ਲਾਈਨ ਵਿੱਚ ਲੱਗਣਾ ਪੈਂਦਾ? ਨਹੀਂ, ਸੋਨੇ ਦੇ ਗਾਹਕ ਬਹੁਤ ਘੱਟ ਹੁੰਦੇ ਨੇ। ਯੋਰੀ ਹੀਰਿਆਂ ਦੀਆਂ ਦੁਕਾਨਾਂ ਉੱਤੇ ਕਦੇ ਲੋਕਾਂ ਦੀ ਭੀੜ ਨਹੀਂ ਲੱਗਦੀ। ਇਸ ਲਈ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਸਤਸੰਗਤ ਸਾਰਿਆਂ ਨੂੰ ਪ੍ਰਾਪਤ ਨਹੀਂ ਹੋ ਸਕਦੀ। ਹੁਣ ਤੁਸੀਂ ਸਵਾਲ ਮਨ ਵਿੱਚ ਕਰੋਗੇ ਵੀ ਸਾਨੂੰ ਕੀ ਲਾਭ ਹੋਣਾ ਹੈ, ਸੰਗਤ ਵਿੱਚ ਬਹਿਣ ਦਾ ਲਾਭ ਕੀ ਹੈ? ਜਦੋਂ ਇਹ ਚੀਜ਼ ਸਮਝ ਆ ਜਾਏ, ਜਿਹੜੇ ਬਿਜ਼ਨਸ ਵਿੱਚੋਂ ਬੰਦੇ ਨੂੰ ਲਾਭ ਹੁੰਦਾ ਹੋਵੇ, ਸਤਸੰਗਤ ਤੋਂ ਬਿਜ਼ਨਸ ਛੱਡਦਾ ਨਹੀਂ, ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਉਸ ਬਿਜ਼ਨਸ ਵਿੱਚ ਪਾਉਂਦਾ ਹੈ। ਜਿਹੜੇ ਦੇਸ਼ ਵਿੱਚ ਲੋਕਾਂ ਨੂੰ ਫਾਇਦਾ ਹੋ ਰਿਹਾ, ਉਹ ਆਪਣੇ ਸਕੇ ਭੈਣ ਭਰਾਵਾਂ ਨੂੰ ਵੀ ਉੱਧਰ ਨੂੰ ਖਿੱਚ ਲੈਂਦੇ ਨੇ ਵੀ ਆ ਜਾਓ ਵੀ ਇੱਥੇ ਕੰਮ ਵਧੀਆ। ਇੱਦਾਂ ਸਾਧ ਸੰਗਤ ਜਿਹਨੂੰ ਲਾਭ ਦਾ ਪਤਾ ਲੱਗ ਜਾਵੇ, ਸੰਗਤ ਵਿੱਚ ਲਾਭ ਕੀ ਹੈ, ਪਹਿਲਾਂ ਆਪਾਂ ਇਹ ਸੋਚਣਾ ਹੈ ਵੀ ਇੱਥੇ ਬਹਿਣ ਦਾ ਸਾਨੂੰ ਕੀ ਫਾਇਦਾ ਹੋਣਾ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਹ ਤੇਰਾ ਜਨਮ ਸੰਗਤ ਵਿੱਚ ਬਹਿ ਕੇ ਸਫਲ ਹੋ ਸਕਦਾ ਹੈ। ਜ਼ਿੰਦਗੀ ਵਿੱਚ ਕਰੋੜਾਂ ਗਲਤੀਆਂ ਅਪਰਾਧ ਹੁੰਦੇ ਨੇ, ਉਹ ਅਪਰਾਧ ਜ਼ਿੰਦਗੀ ਵਿੱਚ ਕੀਤੇ ਹੋਏ ਹੋਰ ਕਿਤੇ ਮਿਟਦੇ ਨਹੀਂ। ਜੇ ਸੰਗਤ ਵਿੱਚ ਬਹਿ ਕੇ ਕੋਈ ਨਾਮ ਜਪ ਲਏ, ਉਹਦੇ ਪਾਪ ਮਿਟ ਜਾਂਦੇ ਨੇ। ਜੇ ਕੋਈ ਸੰਗਤ ਵਿੱਚ ਬਹਿ ਕੇ ਸੁਰਤ ਜੋੜ ਕੇ ਨਾਮ ਜਪੇ, ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ੍ਰੀ, ਉਹਦੇ ਪਾਪ ਮਿਟ ਸਕਦੇ ਨੇ। ਪਰ ਪਾਤਸ਼ਾਹ ਕਹਿੰਦੇ ਭਾਈ ਸਾਰੇ ਬੰਦੇ ਨਹੀਂ ਜਪ ਸਕਦੇ, ਕਿਤੇ ਲਿਖਿਆ ਹੋਇਆ ਤਾਂ ਸੁਖਮਨੀ ਸਾਹਿਬ ਦਾ ਪਾਠ ਪੜ੍ਹੋ। ਉਹਦੇ ਵਿੱਚ ਮਹਾਰਾਜ ਕਹਿੰਦੇ ਕੋਟ ਅਪਰਾਧ, ਕੋਟ ਦਾ ਅਰਥ ਕਰੋੜਾਂ, ਕਹਿੰਦੇ ਕਰੋੜਾਂ ਕੀਤੇ ਅਪਰਾਧ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਭਾਈ ਕਰੋੜਾਂ ਅਪਰਾਧ ਸੰਗਤ ਵਿੱਚ ਬਹਿ ਕੇ ਮਿਟ ਜਾਂਦੇ ਨੇ, ਜੇ ਸਾਧੂ ਦੀ ਸੰਤ ਦੀ ਗੁਰੂ ਦੀ ਕਿਰਪਾ ਹੋ ਜਾਏ, ਕਹਿੰਦੇ ਉਹ ਜਮਾਂ ਤੋਂ ਵੀ ਬੰਦਾ ਛੁੱਟ ਜਾਂਦਾ। ਮਹਾਰਾਜ ਫਿਰ ਸਾਰੇ ਬੰਦੇ ਨਹੀਂ ਸੰਗਤ ਵਿੱਚ ਆ ਸਕਦੇ? ਕਹਿੰਦੇ ਨਹੀਂ, ਸੰਤ ਕਿਰਪਾ ਤੇ ਜਮ ਤੇ ਛੁਟੈ। ਭਾਈ ਅਗਲੀ ਗੱਲ, ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਦੇ ਆਏ। ਜਿਹਦੇ ਮੱਥੇ ਦੇ ਭਾਗ ਚੰਗੇ ਉਹ ਬੰਦਾ ਸੰਗਤ ਵਿੱਚ ਆਉਂਦਾ ਹੈ, ਜੇ ਮਸਤਕ ਦੇ ਭਾਗ ਵੱਡੇ ਨਾ ਹੋਣ, ਭਾਗ ਲੜੀ ਕਮਜ਼ੋਰ ਹੋਵੇ, ਸਾਧ ਸੰਗਤ ਉਹਨੂੰ ਕੋਈ ਕੰਮ ਪੈ ਜਾਏਗਾ, ਸੰਗਤ ਵਿੱਚ ਆ ਹੀ ਨਹੀਂ ਸਕਦਾ। ਇੱਕ ਬੰਦਾ ਗੁਰਦੁਆਰਿਓਂ ਪੌੜੀਆਂ ਕਾਹਲੀ ਨਾਲ ਉੱਤਰ ਰਿਹਾ ਸੀ, ਉਹਦਾ ਕੋਈ ਮਿੱਤਰ ਪੌੜੀਆਂ ਤੇ ਮਿਲ ਪਿਆ। ਉਹਨੇ ਕਿਹਾ ਕੀ ਗੱਲ, ਛੇਤੀ ਮੁੜ ਚੱਲੇ, ਘੜੀ ਘੰਟਾ ਬਹਿ ਲੈਣਾ ਸੀ, ਕਥਾ ਕੀਰਤਨ ਹੋ ਰਿਹਾ ਹੈ, ਸਮਾਪਤੀ ਤੇ ਚੱਲਾਂਗੇ। ਤਾਂ ਉਹ ਕਹਿੰਦਾ ਨਹੀਂ, ਮੈਨੂੰ ਤਾਂ ਅੱਜ ਬਹੁਤ ਜ਼ਰੂਰੀ ਕੰਮ ਹੈ। ਕਹਿੰਦਾ ਮੈਨੂੰ ਤਾਂ ਅੱਜ ਬਹੁਤ ਜ਼ਰੂਰੀ ਕੰਮ ਹੈ, ਮੈਂ ਤਾਂ ਬਹੁਤ ਜ਼ਰੂਰੀ ਕੰਮ ਜਾਣਾ ਹੈ। ਕਹਿੰਦੇ ਚਲੋ ਠੀਕ ਹੈ। ਉਹ ਚਲਾ ਗਿਆ ਤੇ ਉਹਦਾ ਮਿੱਤਰ ਪੌੜੀਆਂ ਚੜ੍ਹ ਕੇ ਗੁਰਦੁਆਰੇ ਆ ਗਿਆ। ਸਤਸੰਗਤ ਹੋਈ, ਅੱਧਾ ਪੌਣਾ ਘੰਟਾ ਕੀਰਤਨ ਕਥਾ ਹੋਇਆ, ਅਰਦਾਸ ਹੁਕਮਨਾਮਾ ਹੋਇਆ, ਕੜਾ ਪ੍ਰਸ਼ਾਦੀ ਦੇਖ ਲਈ। ਜਦੋਂ ਪ੍ਰਸ਼ਾਦ ਲੈ ਕੇ ਉਹ ਗੁਰਦੁਆਰੇ ਤੋਂ ਬਾਹਰ ਨਿਕਲਿਆ,
ਤਾਂ ਸੱਸ ਪਾਰਕਿੰਗ ਵਿੱਚ ਕੀ ਵੇਖਦਾ? ਕੋਈ ਉਹ ਬੰਦਾ ਜਿਹੜਾ ਕਹਿੰਦਾ ਸੀ ਮੈਨੂੰ ਤਾਂ ਬਹੁਤ ਜ਼ਰੂਰੀ ਕੰਮ ਹੈ, ਉਹ ਕਿਸੇ ਨਾਲ ਖਲੋਤਾ ਗੱਲਾਂ ਕਰ ਰਿਹਾ, ਉਹਨੂੰ ਕਹਿੰਦਾ ਤੂੰ ਯਾਰ ਇੱਥੇ ਖੜਾ, ਤੂੰ ਕਹਿੰਦਾ ਸੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਕਹਿੰਦਾ ਕੰਮ ਤਾਂ ਜ਼ਰੂਰੀ ਸੀ, ਮੂਹਰਿਓਂ ਇਹ ਮਿਲ ਪਏ, ਫਿਰ ਗੱਲਾਂ ਚੱਲ ਪਈਆਂ, ਟਾਈਮ ਲੰਘ ਗਿਆ। ਕਹਿਣ ਤੋਂ ਭਾਵ ਇਹ ਹੈ ਜੇ ਭਾਗ ਚੰਗੇ ਨਾ ਹੋਣ ਲੋਕ ਗੁਰਦੁਆਰੇ ਆ ਕੇ ਵੀ ਗੱਲਾਂ ਕਰਕੇ ਮੁੜ ਜਾਂਦੇ, ਜੇ ਭਾਗ ਮਾੜੇ ਹੋਣ ਗੁਰਦੁਆਰੇ ਆ ਕੇ ਵੀ ਗੱਲਾਂ ਕਰਕੇ ਨੁਕਸ ਕੱਢ ਕੇ ਨਿੰਦਿਆ ਕਰਕੇ ਮੁੜ ਜਾਣਗੇ। ਕੋਈ ਬੰਦਾ ਨਾਮ ਨਹੀਂ ਜਪ ਸਕਦਾ ਸਾਧ ਸੰਗਤ, ਨਾਮ ਉਹੀਓ ਜਪੇਗਾ ਜਿਹਦੇ ਮਸਤਕ ਦੇ ਭਾਗ ਵੱਡੇ ਨੇ। ਹੁਣ ਸਵਾਲ ਪੈਦਾ ਹੋਇਆ, ਸੰਗਤ ਵਿੱਚ ਬਹਿ ਕੇ ਕਰਨਾ ਕੀ ਹੈ? ਮੈਂ ਕਿਉਂ ਤੁਹਾਨੂੰ ਬੇਨਤੀ ਕੀਤੀ ਮੋਬਾਈਲ ਫੋਨ ਥੋੜੇ ਮਿੰਟਾਂ ਲਈ ਨੇੜੇ ਹੋ ਕੇ ਬਹਿ ਜਾਓ? ਰੋਜ਼ ਗੁਰੂ ਅਰਜਨ ਦੇਵ ਮਹਾਰਾਜ ਯਾਦ ਕਰਾਉਂਦੇ, ਕਹਿੰਦੇ ਸੰਗਤ ਵਿੱਚ ਤੇਰਾ ਸਿਰਫ ਕੇਵਲ ਓਨਲੀ ਇੱਕੋ ਹੀ ਕੰਮ ਹੈ, ਹੋਰ ਦੂਜਾ ਕੋਈ ਕੰਮ ਨਹੀਂ। ਜਦੋਂ ਗੁਰੂ ਦੇ ਦਰਬਾਰ ਸੰਗਤ ਵਿੱਚ ਬੈਠੇ, ਉਹ ਭਲਿਆ ਤੇਰਾ ਇੱਕੋ ਹੀ ਕੰਮ ਹੈ, ਤੇਰਾ ਮਾਨਸ ਜਨਮ ਸਫਲ ਹੋ ਸਕਦਾ ਜੇ ਤੂੰ ਉਹ ਇੱਕ ਕੰਮ ਕਰ ਲੈ। ਉਹ ਕੰਮ ਕੀ ਹੈ? ਸੰਗਤ ਵਿੱਚ ਬਹਿ ਕੇ ਜਿੰਨੀ ਦੇਰ ਬਹਿਣੇ ਆਪਣੀ ਸੁਰਤੀ ਮਨ ਵਿੱਚ ਜਪ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ, ਆਖੋ ਵਾਹਿਗੁਰੂ 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 ਵਾਹਿਗੁਰੂ, ਰੋਜ਼ ਪਾਤਸ਼ਾਹ ਪੜ੍ਹਾਉਂਦੇ, ਪੜ੍ਹੋ ਪੜ੍ਹੋ। ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀ, ਪੜ੍ਹੋ ਪੜ੍ਹੋ। ਭਈ ਪ੍ਰਾਪਤ ਮਨੁੱਖ ਦੇ, ਹਾਂ ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ। ਦੇਖੋ ਤੁਸੀਂ ਇੰਨੇ ਬੈਠੇ ਆ, ਮੈਂ ਇਹ ਕਦੇ ਵੀ ਨਹੀਂ ਸੋਚਦਾ ਹੁੰਦਾ ਕਥਾ ਕਰਨ ਲੱਗਿਆ ਵੀ ਬਹੁਤ ਬੰਦੇ ਹੋਣੇ ਚਾਹੀਦੇ। ਮਹਾਰਾਜ ਦੀ ਕਿਰਪਾ ਵੱਲੋਂ ਕਦੇ ਵੀ ਨਹੀਂ ਆਉਂਦੇ ਕਿ ਜੀ ਬਹੁਤ ਲੋਕ ਹੋਣੇ ਚਾਹੀਦੇ। ਜਿੱਥੇ ਬਹੁਤ ਭੀੜ ਹੁੰਦੀ ਅੱਧਾ ਘੰਟਾ ਸਾਨੂੰ ਚੁੱਪ ਕਰਾਉਣ 'ਤੇ ਲੱਗ ਜਾਂਦਾ ਲੋਕਾਂ ਨੂੰ ਵੀ ਭਾਈ ਚੁੱਪ ਦਾ ਦਾਨ ਬਖਸ਼ੋ, ਬੱਚਿਆਂ ਨੂੰ ਫੜ ਕੇ ਰੱਖੋ। ਇਹ ਤਾਂ ਤੁਸੀਂ ਬਹੁਤ ਭਾਗਾਂ ਵਾਲੇ ਹੋ। ਇੱਕ ਵਾਰ ਸਾਰੇ ਬੋਲੋ, ਭਈ ਬਰਾਬਦ ਮਨੁੱਖ ਨੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ, ਰੱਜ ਕੇ ਬੋਲੋ। ਪ੍ਰਸ਼ਾਦਾ ਛੱਕਿਆ, ਚਾਹ ਪੀਤੀ ਤੁਸੀਂ? ਭਈ ਪ੍ਰਾਪਤ ਮਨੁੱਖ ਨੇ ਹੁਰੀਆ, ਗੋਬਿੰਦ ਮਿਲਣ ਕੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਭਾਈ ਸੰਗਤ ਵਿੱਚ ਬਹਿ ਕੇ ਜਪ ਕੇਵਲ ਤੇ ਕੇਵਲ ਸਤਨਾਮ ਸ੍ਰੀ, ਕਿਉਂਕਿ ਜਦੋਂ ਤੁਸੀਂ ਬੈਂਕ ਵਿੱਚੋਂ ਪੈਸੇ ਕਢਾਉਣ ਲਈ ਚੈੱਕ ਭਰੋਗੇ ਨਾ, ਉਹਦੇ ਵਿੱਚ ਸਾਧ ਸੰਗਤ ਪੰਜਾਬੀ ਭਰੋਗੇ ਕੇਵਲ ਲਿਖਣਾ ਪੈਂਦਾ, ਇੰਗਲਿਸ਼ ਵਿੱਚ ਭਰੋਗੇ ਤਾਂ ਓਨਲੀ ਲਿਖਣਾ ਪੈਂਦਾ, ਸਿਰਫ ਤੇ ਸਿਰਫ ਓਨਲੀ ਕੇਵਲ ਇੱਕੋ ਹੀ ਕੰਮ ਹੈ, ਉਹ ਕੀ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਲ ਸਾਧ ਸੰਗਤ ਭਜ, ਸੰਗਤ ਵਿੱਚ ਬਹਿ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਜੀ ਫਿਰ ਇਹਦੇ ਨਾਲ ਹੋਏਗਾ ਕੀ ਜੇ ਜਪ ਲਿਆ? ਫਿਰ ਜਵਾਬ ਦਿੱਤਾ ਮਹਾਰਾਜ ਨੇ ਰਹਿਰਾਸ ਦੇ ਪਾਠ ਵਿੱਚ, ਕਹਿੰਦੇ ਸੁੱਕੇ ਦਰਖਤਾਂ ਨੂੰ ਪਾਣੀ ਪਾ ਦਿਓ, ਹਰੇ ਹੋਣ ਲੱਗ ਪੈਂਦੇ ਨੇ। ਸੁੱਕੇ ਬੂਟਿਆਂ ਨੂੰ ਪਾਣੀ ਦੇਣ ਲੱਗ ਜਾਓ, ਭਾਈ ਉਹ ਹਰੇ ਹੋਣ ਲੱਗ ਪੈਂਦੇ ਨੇ। ਜੇ ਸੁੱਕੇ ਬੂਟਿਆਂ ਨੂੰ ਦਰਖਤਾਂ ਨੂੰ ਪਾਣੀ ਪਾ ਦਿਓ, ਲੱਕੜ ਹਰੀ ਹੋ ਜਾਂਦੀ ਹੈ। ਏਦਾਂ ਜਨਮਾਂ ਜਨਮਾਂ ਤੋਂ ਕਾਮ ਕ੍ਰੋਧ ਲੋਭ ਮੋਹ ਵਿਕਾਰਾਂ ਵਿੱਚ ਸੁੱਕਾ ਹੋਇਆ ਹਿਰਦਾ ਸੰਗਤ ਵਿੱਚ ਵਾਹਿਗੁਰੂ ਕਹਿ ਓਏ ਤੂੰ ਹਰਾ ਹੋ ਜਾਏਗਾ। ਅੰਦਰੋਂ ਸੁੱਕਿਆ ਹੋਇਆ ਮਨ ਜਿਹੜਾ ਉਮਰ ਲੰਘ ਗਈ, ਵਿਕਾਰਾਂ ਵਿੱਚ ਲੰਘ ਗਏ,
ਉਹਨੂੰ ਹਰਿਆਂ ਕਰਨ ਲਈ ਸੰਗਤ ਵਿੱਚ ਬਹਿ ਕੇ ਨਾਮ ਜਪ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਮਹਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਜਿਵੇਂ ਸੁੱਕੀ ਲੱਕੜ ਬੂਟੇ ਹਰੇ ਹੋ ਜਾਂਦੇ ਨੇ ਏਦਾਂ ਸੰਗਤ ਵਿੱਚ ਬਹਿ ਕੇ ਮਨ ਹਰਿਆ ਕਰ ਜਪ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।